ਸਤਿ ਸ਼੍ਰੀ ਅਕਾਲ ਜੀ ਮੈਂ ਸਵਾਤਸ਼ਕ ਸੈਨਾ ਪੰਜਾਬੀ ਖਬਰ ਵੇਖ ਰਿਹਾ ਹਾਂ ਆਪ ਸਭ ਦਾ ਸਵਾਗਤ ਕਰਦੀ ਹਾਂ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਲਈ ਸੇ ਦਿੱਲੀ ਕਮੇਟੀ ਚੋਣਾਂ ਵਿੱਚ ਬਾਤ ਲਾਉਣ ਨੂੰ ਵੱਡਾ ਝਟਕਾ ਦਿੱਲੀ ਕਮੇਟੀ ਚੋਣਾਂ ਵਿੱਚ ਪਾਰਟੀ ਨੂੰ ਚੋਣ ਲੜਨ ਤੋਂ ਕੀਤਾ ਬਾਹਰ ਸਿਰਫ 6 ਪਾਰਟੀਆਂ ਨੂੰ ਹੀ ਦਿੱਤੀ ਗਈ ਚੋਣ ਲੜਨ ਦੀ ਆਗਿਆ ਜੋ ਆਪ ਸਰਕਾਰ ਦਾ ਵੱਡਾ ਫੈਸਲਾ 1 April ਤੋਂ ਸ਼ੁਰੂ ਹੋਵੇਗਾ ਸਰਕਾਰੀ ਸਕੂਲਾਂ ਦਾ ਨਵਾਂ ਵਿਦਿਅਕ ਸੈਸ਼ਨ। ਸ਼੍ਰੀ ਗਾਲ ਤੱਕ ਸਾਈਵੇ ਕੇ ਪੰਜ ਸਿੰਘ ਸਾਈਵਾਨਾਂ ਦੀ ਬੈਠਕ ਜਾਰੀ ਚੀਫ ਕਾਸਾ ਦੀਵਾਨ ਦੇ ਪ੍ਰਧਾਨ ਅਤੇ ਔਦਦਾਰ ਪੰਜ ਸਿੰਘ ਸਾਈਵਾਨਾਂ ਦੀ ਬੈਠਕ ਵਿੱਚ ਹੋਈ। 2 ਜਨਵਰੀ ਨੂੰ ਦਿੱਲੀ ਦੇ ਲਾਲ ਕਿਲਾ ਤੇ ਹੋਈ ਹਿੰਸਾ ਮਾਮਲਾ ਦੀਪ ਸਿੱਧੂ ਨੂੰ ਮਿਲੇਗੀ ਅੱਜ ਜ਼ਮਾਨਤ ਅਦਾਲਤ ਵਿੱਚ ਫੈਸਲਾ ਅੱਜ ਹੁਣ ਖਬਰਾਂ ਵਿਸਤਾਰ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਡਾਇਰੈਕਟਰ ਦੇ ਨੋਟਿਸ ਦੇ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਤੇ ਦਿਨੀ ਸ਼੍ਰੋਮਣੀ ਕਾਲੀ ਦਲ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਧਾਰਮਿਕ ਪਾਰਟੀ ਦੇ ਨਾਂ ਤੇ ਚੋਣ ਲੜਨ ਨੂੰ ਲੈ ਕੇ ਮਾਣੀਓ ਕੋਰਟ ਵੱਲ ਰੁਖ ਅਖਤਿਆਰ ਕੀਤਾ ਗਿਆ ਸੀ ਅਤੇ ਕੋਰਟ ਤੋਂ ਕੇਸ ਤੇ ਸਟੇ ਲਗਾਉਣ ਦੀ ਮੰਗ ਕੀਤੀ ਗਈ ਸੀ ਨਾਲ ਹੀ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸਵਾਲ ਕੀਤਾ ਹੈ ਕਿ ਪਾਰਟੀ ਧਾਰਮਿਕ ਪਾਰਟੀ ਦੇ ਨਾਂ ਤੇ ਕਮੇਟੀ ਚੋਣਾਂ ਲੜਨ ਦੇ ਸਮਰਥਨ ਵਿੱਚ ਹੈ ਜਾਂ ਨਹੀਂ ਅਤੇ ਡਾਇਰੈਕਟੋਰੇਟ ਨੇ ਕਾਲੀ ਦਲ ਤੋਂ ਇਸ ਦਾ ਜਵਾਬ ਮੰਗਿਆ ਸੀ ਪਰ ਦਿੱਲੀ ਗੁਰਦੁਆਰਾ ਚੋਣ ਟਰੈਕਟਰ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਦੇ ਤਹਿਤ ਸ਼੍ਰੋਮਣੀ ਕਾਲੀ ਦਲ ਬਾਦਲ ਨੂੰ ਚੋਣ ਲੜਨ ਦੀ ਆਗਿਆ ਨਹੀਂ ਦਿੱਤੀ ਗਈ ਹੈ ਸਿਰਫ ਛੇ ਸਿਆਸੀ ਪਾਰਟੀਆਂ ਨੂੰ ਹੀ ਚੋਣ ਲੜਨ ਦੀ ਆਗਿਆ ਦਿੱਤੀ ਗਈ ਹੈ ਸਿਰਫ ਧਾਰਮਿਕ ਪਾਰਟੀਆਂ ਨੂੰ ਹੀ ਚੋਣ ਲੜਨ ਦੀ ਆਗਿਆ ਦਿੱਤੀ ਗਈ ਹੈ ਦੱਸ ਦੇ ਕਿ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 25 ਅਪ੍ਰੈਲ ਨੂੰ ਹੋਣਗੀਆਂ ਇਸ ਦੇ ਲਈ 31 ਮਾਰਚ ਤੋਂ ਨਾਮਜ਼ਦਗੀ ਪੱਤਰ ਭਰੇ ਜਾਣਗੇ ਅਤੇ ਨਾਮਜ਼ਦਗੀ ਪੱਤਰ ਪਰੰਦਾ ਸਮਾਂ 7 ਅਪ੍ਰੈਲ ਤੱਕ ਰੱਖਿਆ ਗਿਆ ਤੁਹਾਨੂੰ ਦੱਸ ਦੇ ਕਿ 28 ਅਪ੍ਰੈਲ ਨੂੰ ਦਿੱਲੀ ਕਮੇਟੀ ਚੋਣਾਂ ਨਤੀਜੇ ਐਲਾਨੇ ਜਾਣਗੇ ਅਭੀ ਨੋਟੀਫਿਕੇਸ਼ਨ ਆਇਆ ਹੈ ਦਿੱਲੀ ਗਵਰਨਮੈਂਟ ਦੀ ਤਰਫ ਤੋਂ ਔਰ ਜਿਹੜਾ ਇਲੈਕਸ਼ਨ ਡਿਕਲੇਅਰ ਕਰਤੀ ਉਹਨਾਂ ਨੇ 25 ਅਪ੍ਰੈਲ ਦੀ ਇਲੈਕਸ਼ਨ ਹੈ ਔਰ ਕੱਲ ਤੋਂ 31 ਤਰੀਕ ਤੋਂ ਨੋਮੀਨੇਸ਼ਨ ਸ਼ੁਰੂ ਹੈ ਔਰ ਉਸ ਤੋਂ ਬਾਅਦ ਜੋ ਪ੍ਰੋਸੈਸ ਹੈ 7 ਦਿਨ ਦਾ ਉਸ ਤੋਂ ਬਾਅਦ ਸਕੂਟਨੀ ਔਰ ਉਸ ਤੋਂ ਬਾਅਦ ਵਿਡਰੋਲ ਦਾ ਔਰ ਉਸ ਤੋਂ ਬਾਅਦ ਫਾਈਨਲ ਜਿਹੜੀ ਲਿਸਟ ਹੋਏਗੀ 10 ਤਰੀਕ ਤੋਂ ਸ਼ੁਰੂ ਹੋਏਗਾ ਚੁਣਾਵ ਤੋਂ ਜਿਸ ਤਰੀਕੇ ਦੇ ਨਾਲ 15 ਦਿਨ ਦਾ ਚੁਣਾਵ ਹੁੰਦਾ ਹੈ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਜਿਹੜੀਆਂ ਚੋਣਾਂ ਹੈ ਬੜੀ ਅਹਿਮ ਚੋਣ ਹੁੰਦੀ ਹੈ ਖਾਸ ਤੌਰ ਤੇ ਸਿੱਖ ਕਮਿਊਨਿਟੀ ਉਸੇ ਸੋ ਮੈਂ ਸੰਗਤਾਂ ਨੂੰ ਅਪੀਲ ਕਰਾਂਗਾ ਕਿ ਵਕਤਵਾਰ ਲੋਕ ਜਿਨ੍ਹਾਂ ਨੇ ਵੋਟਾਂ ਬਣਾਈਆਂ ਉਹ ਇਹਦੇ ਵਿੱਚ ਆਪਣੀ ਸ਼ੁਗਲੀਅਤ ਨਾਲ ਵੋਟਾਂ ਵੋਟ ਪੋਲਿੰਗ ਕਰਨ ਤਾਂ ਕਿ ਅਸੀਂ ਇੱਕ ਰਿਪਰੈਜ਼ੈਂਟੇਸ਼ਨ ਨਾ ਕੇ ਇੱਕ ਵਧੀਆ ਰਿਪਰੈਜ਼ੈਂਟੇਟਿਵ ਨੂੰ ਆਪਣੇ ਇਲਾਕੇ ਤੋਂ ਚੁਣ ਕੇ ਪੇਛੋ ਮੇਰੇ ਹਿਸਾਬ ਸੇ 2 ਦਿਨ ਦੇ ਅੰਦਰ ਇਸ ਦਾ ਫੈਸਲਾ ਹੋ ਜਾਏਗਾ ਕਿ 99% ਅਸੀਂ ਫਾਈਨਲ ਕੀਤੀ ਹੋਈਆਂ ਸੀਟਾਂ ਇਹ ਕਿੰਨੀਆਂ ਦੋ ਸੀਟਾਂ ਦੇ ਉੱਪਰ ਮਾਰੀ ਆਪਸ ਵਿੱਚ جو شارٹ لسٹ کرنے باقی رہے گی اور باقی ساری لسٹ فائنل ہے ہم مجھے امید ہے کہ دو تاریخ تک ہم ساری لسٹ فائنل کر دیں جو جس طریقے ਨਾਲ لگ رہا ہے کہ سرکار ایک ڈٹرمین ہو رکھی ہے سرکار تک کرنا چاہ رہی ہے کیونکہ دو تین دن تو جو سਾਨੂੰ نظر ا رہی ہیں جس حساب ਨਾਲ ڈائریکٹر اف گurdwara इलेक्शन ने सਾਨੂੰ لیٹر بھیجی ہے کہ اپنی ریپریزنٹیشن لے کے आओ नई رجسٹریشن لے کے आओ ਜਿਹੜੀ ਅਸੀਂ ਕਾਨੂੰਨ ਉਸ ਦਾਰੇ ਵਿੱਚ ਨਹੀਂ ਆਉਂਦੇ ਕਿਉਂਕਿ ਗੁਰਦੁਆਰਾ ਕਮੇਟੀ ਦਾ ਜਿਹੜਾ ਐਕਟ ਹੈ और उस तो बाद उसकी अमेंडमेंट हुई उस तो जी कमेटी है आ, पार्टी है उस तो कई साल पहले है मगर किधर न कि वो ठीक नहीं लग रही बिल्कुल खम्यादा नहीं उठाना पड़ेगा क्योंकि इसमें खम्यादा उठाने वाली कोई गाली नहीं है साढ़े कैंडीडेट ने चेहरे के उ पार्टी के नाम के उ इलेक्शन लड़नी है जिस ਦੇ ਉਤਸ਼ਾਹ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਲਿਖਿਆ ਹੋਏਗਾ ਉਹ ਕੈਂਡੀਡੇਟ ਹਰਮੀਤ ਸਿੰਘ ਵਰਗਾ ਕਰ ਖੜਾ ਤੇ ਸਿੰਬਲ ਕੋਈ ਵੀ ਹੋਵੇ ਕੁਝ ਨਹੀਂ ਫਰਕ ਪੈਂਦਾ ਐਸ ਕਰਕੇ ਕੋਸ਼ਿਸ਼ ਸਾਡੀ ਹੈ ਸਿੰਬਲ ਨੂੰ ਬਚਾਉਣ ਦੀ ਜੋ ਨਹੀਂ ਵੀ ਹੋਏਗਾ ਤੇ ਸਾਡੇ ਸਾਰੇ ਦੇ ਸਾਰੇ ਕੈਂਡੀਡੇਟਸ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਥਲੇ ਲੜਨਗੇ ਔਰ ਮੈਨੂੰ ਸਮਝਦਾ ਕਿ ਉਸ ਤੋਂ ਜ਼ਿਆਦਾ ਵੋਟਾਂ ਤੋਂ ਜਿੱਤਣਗੇ ਜਿੰਨੀ ਅਜੋ ਉਨੀ ਦਰੱਖ ਰਹੀ ਹੈ ਅੱਜ ਨੋਟੀਫਿਕੇਸ਼ਨ ਆਇਆ ਹੈ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਜੋ ਮੈਨੂੰ ਪਤਾ ਲੱਗਾ ਹੈ ਇੱਕ ਤਰੀਕ ਤੋਂ ਲੈ ਕੇ 7 ਤਰੀਕ ਤੱਕ ਨੋਮੀਨੇਸ਼ਨਸ ਨੇ ਫਿਲ ਸਕਰੂਟੀ ਹੈ 25 ਨੂੰ ਵੋਟਾਂ ਹੋਣਗੀਆਂ 28 ਨੂੰ ਗਿਣਤੀ ਹੋਏਗੀ ਮੈਂ ਸਮਝਦਾ ਕਿ ਬੜੀ ਕੋਸ਼ਿਸ਼ ਕੀਤੀ ਗਈ ਵੱਡੀਆਂ-ਵੱਡੀਆਂ ਪਾਰਟੀਆਂ ਵੱਲੋਂ ਸਾਹ ਸੁਖਬੀਰ ਸਿੰਘ ਬਾਦਲ ਵਰਗੀਆਂ ਵੱਲੋਂ ਕਿ ਕਿਸੇ ਤਰੀਕੇ ਦਿੱਲੀ ਦੀ ਚੋਣਾਂ ਜਿਹੜੀਆਂ ਨੇ ਉਹ ਲੇਟ ਹੋ ਜਾਣ ਲੇਕਿਨ ਗੁਰੂ ਦੀ ਬਖਸ਼ਿਸ਼ ਹੈ ਕਿ ਨੋਟੀਫਿਕੇਸ਼ਨ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਦਿੱਲੀ ਦੇ ਵਿੱਚ ਇਹ ਜਿਹੜਾ ਇਸ ਵੇਲੇ ਇਲੈਕਸ਼ਨ ਦਾ ਮਾਹੌਲ ਬਣਦਾ ਪਿਆ ਇਹਦੇ ਵਿੱਚ ਸੰਘਤ ਜਿਹੜੀ ਹੈ ਕੰਮਾਂ ਤੇ ਜਾਏਗੀ ਔਰ ਮਨ ਨੂੰ ਇਹ ਪੂਰਾ ਵਿਸ਼ਵਾਸ ਹੈ ਕਿ ਅਸੀਂ ਨਵੀਂ ਪਾਰਟੀ ਜਾਗੋ ਜਿਹੜੀ ਬਣਾਈ ਸੀ 1.5 ਸਾਲ ਜਿਸ ਤਰੀਕੇ ਦਾ ਰੁਝਾਨ ਜਿਸ ਤਰੀਕੇ ਦੀ ਲੋਕੀਆਂ ਦੀ ਆਸ਼ੀਰਵਾਦ ਸਾਡੀ ਮੀਟਿੰਗਾਂ ਦੇ ਵਿੱਚ ਜਿਸ ਤਰੀਕੇ ਨਾਲ ਲੋਕੀ ਆ ਰਹੇ ਨੇ ਔਰ ਸਾਨੂੰ ਜਿਵੇਂ ਕੈਂਡੀਡੇਟ ਮਿਲਦੇ ਪਏ ਨੇ ਸਾਰੇ ਇਲਾਕਿਆਂ ਦੇ ਵਿੱਚ ਇਥੋਂ ਨਜ਼ਰ ਆ ਰਿਹਾ ਹੈ ਕਿ ਜਿਹੜੇ ਕੰਮ ਕੀਤੇ ਸੀ ਉਹ ਕੰਮ ਭਾਵੇਂ ਸੱਜਣ ਕੁਮਾਰ ਨੂੰ ਅੰਦਰ ਕਰਾਣ ਦਾ ਹੋਵੇ ਭਾਵੇਂ 1984 ਦੀ ਯਾਦਗਾਰ ਬਣਾਣ ਦਾ ਹੋਵੇ ਕਾਲਜਾਂ ਦੇ ਮਾਨੋਰਟੀ ਸਟੇਟਸ ਦੀ ਗੱਲ ਕਰ ਲਈਏ ਅਫਗਾਨੀ ਸਿੱਖਾਂ ਦੇ ਪਾਸਪੋਰਟਾਂ ਦਾ ਪਿਛਲੇ 25 ਸਾਲ ਪੁਰਾਣਾ ਮਸਲੇ ਦੀ ਹੱਲ ਕਰ ਲਈਏ ਬਲੈਕਲਿਸਟ ਮਾਫ ਕਰਾਣ ਦੀ ਗੱਲ ਕਰ ਲਈਏ ਗੁਰਦੁਆਰਿਆਂ ਦੇ ਸੁਧਾਰ ਦੀ ਗੱਲ ਕਰ ਲਈਏ ਮੈਂ ਸਮਝਦਾ ਕਿ ਸਾਰੀ ਗੱਲਾਂ ਲੋਕਾਂ ਦੇ ਜ਼ਿਹਨ ਵਿੱਚ ਨੇ ਆਉਣ ਵਾਲੇ ਸਮੇਂ 'ਚ ਉਸ ਪਾਰਟੀ ਨੂੰ ਵੋਟਾਂ ਪਾਣਗੇ ਜਿਸ ਪਾਰਟੀ ਨੇ ਕੌਮ ਲਈ ਕੰਮ ਕੀਤਾ ਦੇਖੋ ਸਾਡੀਆਂ ਚੋਣਾਂ ਦੀਆਂ ਤਿਆਰੀਆਂ ਬਹੁਤ ਪਹਿਲਾਂ ਤੋਂ ਅਸੀਂ ਕੀਤੀ ਹੋਈਆਂ ਸਨ ਗੱਲਬਾਤ ਸਿੱਖਈਏ ਕਿ ਅਸੀਂ ਪਿਛਲੇ 2017 ਦੀ ਚੋਣ ਹਾਰਨ ਤੋਂ ਬਾਅਦ ਕਿਉਂ ਹਾਰੇ ਹਾਂ ਕਿਸ ਤਰ੍ਹਾਂ ਹਾਰੇ ਹਾਂ ਕਿਸ ਤਰ੍ਹਾਂ ਸਾਨੂੰ ਰਾਇਆ ਤਦ ਤੋਂ ਅਸੀਂ ਆਪਣੀ ਤਿਆਰੀ ਕੀਤੀ ਹੋਈ ਸੀ ਤਾਂ ਕਿ ਦੁਬਾਰਾ ਉਹ ਗੋਲ ਮਾਲ ਜਿਹੜਾ ਹੈਗੇ ਬਾਦ ਦਰ ਨਾਲੇ ਨਾ ਕਰ ਸਕਣ ਪਿਛਲੇ 6 ਮਹੀਨਿਆਂ ਤੋਂ ਜ਼ਿਆਦਾ ਚੋਣ ਪ੍ਰੋਸੈਸ ਸ਼ੁਰੂ ਹੋਇਆ ਹੈ ਵੋਟਾਂ ਵੰਡੀਆਂ ਸ਼ੁਰੂ ਹੋਈਆਂ ਸਭ ਤੋਂ ਵੱਧ ਵੋਟਾਂ 65% ਤੋਂ ਲੈ ਕੇ 70% ਦਾ ਵੋਟਾਂ ਸਾਡੇ ਬੰਦਿਆਂ ਨੇ ਬਣਾਈਆਂ ਜਿਹੜੀਆਂ ਬੋਗਸ ਵੋਟਾਂ ਬਣੀਆਂ ਸਨ ਉਹ ਵੀ 50-60% ਵੋਟਾਂ ਸਾਡੇ ਬੰਦਿਆਂ ਨੇ ਮੈਮਰਾਨੇ ਘਟਾਈਆਂ ਇਸ ਲਈ ਚੋਣ ਵਾਸਤੇ ਅਸੀਂ ਪੂਰੀ ਤਰ੍ਹਾਂ ਤਿਆਰ ਆ ਅੱਜ ਨੋਟੀਫਿਕੇਸ਼ਨ ਨਿਕਲ ਗਿਆ ਹੈ ਬੜੀ ਅੱਛੀ ਗੱਲ ਹੈ 7 ਤਰੀਕ ਤੱਕ ਕਾਗਜ਼ ਨਾਮਿਨੇਟ ਹੋਣਗੇ 8 ਦੀ ਸਕੂਟੀ ਔਰ 9-10 ਦੀ ਵਾਪਸੀ 5 April ਦੀਆਂ ਚੋਣਾਂ ਹੋਣਗੀਆਂ 28 ਨੂੰ ਨਤੀਜੇ ਨਿਕਲ ਜਾਣਗੇ ਔਰ ਜਿਨ੍ਹਾਂ ਨੇ ਬਾਦਲਾ ਨੇ ਆਪਣੇ ਪ੍ਰਬੰਧ ਦੇ ਵਿੱਚ ਜੋ ਸਤਿਆਨਾਸ਼ ਕੀਤਾ ਸਕੂਲਾਂ ਦਾ ਕਾਲਜਾਂ ਦਾ ਗੁਰਦਾਰਾ ਨਿਜ਼ਾਮ ਦਾ ਔਰ ਗੁਰਦਾਰੇ ਪਿਛੇ ਅੱੜ ਸਾਲਾਂ ਚ ਇੱਕ ਦਿਨ ਐਸਾ ਨਹੀਂ ਸੀ ਜਿਸ ਦਿਨ ਗਰੰਤੀ ਸਿੰਘ ਮਹਾਰਾਜ ਜੀ ਤਾਬਿਆਂ ਬੈਠ ਕੇ ਪੈਸੇ ਨਹੀਂ ਸੀ ਮੰਗਦੇ ਕਿਉਂ ਨਹੀਂ ਮੰਗਦੇ ਸੀ ਦਾਲ ਮੰਗਦੇ ਸਨ ਆਟਾ ਮੰਗਦੇ ਸਨ ਉਹ ਸਾਰੀਆਂ ਗੱਲਾਂ ਤੋਂ ਦਿੱਲੀ ਦੀ ਜਿਹੜੀ ਸੰਗਤ ਸੀ ਉਹ ਬੜੀ ਖਫਾ ਸੀ ਔਰ ਇਹਨਾਂ ਨੂੰ ਇਸ ਵਾਰ ਉਹਨਾਂ ਦੀ ਬਣਦੀ ਸਜ਼ਾ ਜਰੂਰ ਦਿੱਤੀ ਜਾਏਗੀ ਇਸ ਨਾਲ ਹੀ ਸੀਨੀਅਰ ਵਕੀਲ ਐਚਐਸ ਫੋਲਕਾ ਨੇ ਦਿੱਲੀ ਕਮੇਟੀ ਦੀਆਂ ਚੋਣਾਂ ਸਿਰਫ ਧਾਰਮਿਕ ਪਾਰਟੀ ਨੂੰ ਹੀ ਲੜੇ ਜਾਣ ਦੀ ਆਗਿਆ ਦੇਂਦੇ ਖੁਸ਼ੀ ਜ਼ਾਹਰ ਕੀਤੀ ਹੈ ਆ ਸੁਣਦੇ ਆ ਮੈਂ ਸਾਰੀ ਸੰਗਤ ਨੂੰ ਵਧਾਈ ਦੇਣਾ ਕਿ ਅਸੀਂ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਕਿ ਸਿਰਫ ਧਾਰਮਿਕ ਪਾਰਟੀਆਂ ਹੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜਨ ਉਸ ਮੁਹਿੰਮ ਦੇ ਵਿੱਚ ਬਹੁਤ ਵੱਡੀ ਸਫਲਤਾ ਹੁਣ ਅੱਜ ਮਿਲੀ ਹੈ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਕਿਉਂ ਨਾ ਜਿਹੜੀਆਂ-ਜਿਹੜੀਆਂ ਪਾਰਟੀਆਂ ਲੜ ਸਕਦੀਆਂ ਉਹਨਾਂ ਦੀ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਆ 6 ਪਾਰਟੀਆਂ ਨੂੰ ਮਾਨਤਾ ਮਿਲੀ ਆ ਉਹਨਾਂ ਨੂੰ ਰੈਕਗਨਾਈਜ਼ਡ ਰਿਲੀਜੀਅਸ ਪਾਰਟੀ ਦੇ ਤੌਰ ਦੇ ਉੱਤੇ 6 ਪਾਰਟੀਆਂ ਨੂੰ ਮਾਨਤਾ ਮਿਲੀ ਐ ਤੇ ਉਹਨਾਂ ਵਿੱਚ ਅਕਾਲੀ ਦਲ ਬਾਦਲ ਨਹੀਂ ਐ ਅਕਾਲੀ ਦਲ ਬਾਦਲ ਨੂੰ ਮਾਨਤਾ ਨਹੀਂ ਦਿੱਤੀ ਨੋਟੀਫਿਕੇਸ਼ਨ ਜਾਰੀ ਹੋ ਗਈ ਆ ਤੇ ਉਹ 6 ਪਾਰਟੀਆਂ ਨੇ ਜਿਹੜੀਆਂ ਉਹਦੇ ਚ ਸਰਨਾ ਦਾ ਅਕਾਲੀ ਦਲ ਦਾ ਜੋ ਮਨਜੀਤ ਜੀ ਕੇ ਜੀ ਪਾਰਟੀ ਹੈ ਉਹ ਆ ਪੈਂਜੀਤ ਸਿੰਘ ਦੀ ਪਾਰਟੀ ਹੋਆ ਆਮ ਅਕਾਲੀ ਦਲ ਗੁਰਵਿੰਦਰ ਸਿੰਘ ਸੈਣੀ ਦਾ ਜਿਹਨਾਂ ਲੋਏ ਕੇਸ ਚੱਲ ਰਿਹਾ ਕੋਰਟ ਵਿੱਚ ਤੇ ਉਹ ਤੇ ਨਾਲ ਦੋ ਪਾਰਟੀਆਂ ਹੋਰ ਨੇ ਪਰ ਜੋ ਅਕਾਲੀ ਦਲ ਬਾਦਲ ਉਹ ਲਿਸਟ ਵਿੱਚ ਨਹੀਂ ਹੈ ਇਸ ਦਾ ਮਤਲਬ ਇਹ ਅਕਾਲੀ ਦਲ ਬਾਦਲ ਨੂੰ ਇਹ ਮਾਨਤਾ ਨਹੀਂ ਮਿਲੀ ਤੇ ਇਹ ਮਹਿਮ ਜਿਹੜੀ ਅਸੀਂ ਸ਼ੁਰੂ ਕੀਤੀ ਸੀ ਕਿ ਅਸੀਂ ਸਿਆਸਤ ਨੂੰ ਆਪਣੇ ਗੁਰਦੁਆਰਿਆਂ ਤੋਂ ਬਾਹਰ ਕੱਢਣਾ ਇੱਕ ਬਹੁਤ ਵੱਡਾ ਇਸ ਪਾਸੇ ਨੂੰ ਇਹ ਸਾਡਾ ਕਦਮ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਹੁਣ ਵਾਪਸ ਅਗਲੀ ਖਬਰ ਵੱਲ ਹਰਿਆਣਾ ਦੇ ਮੁੱਖ ਮੰਤਰੀ ਮਨੁਲਲ ਖੱਟਰ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਵੱਲੋਂ ਸਰਕਾਰ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ ਗਈ ਇਸ ਦੌਰਾਨ ਉਹਨਾਂ ਦੱਸਿਆ ਕਿ 72 ਘੰਟਿਆਂ ਦੇ ਵਿੱਚ ਫਸਲ ਦੀ ਅਦਾਇਗੀ ਨਾ ਹੋਣ ਤੇ ਕਿਸਾਨਾਂ ਨੂੰ 9% ਦੀ ਵਿਆਜ ਦੇਵੇਗੀ उन्हें कि किसान की फसल का सही ब्यौरा बनाया जाएगा खेती करने वाला किसान जो अपनी जमीन से खेती कर रहा है सारे लाभ उसू ही दते जाएंगे उन्हें है कि सरकारी नौकरियों लैके हूँ तक चार लाख उनाहट हज़ार पांच सौ इक्की फार्म भरे जा चुके हैं जिस न उम्मीदवार के परिवार पहचान पत्र जरूरी शामिल किए गए कॉलेज विद्यार्थियों जो पोस्ट ग्रेजुएट कर चुके हैं उन्होंने मुफ्त पासपोर्ट बनाए जाएंगे कोरोना پابੰਦੀਆਂ ਕਾਰਨ ਸੂਬੇ ਦੇ ਸਕੂਲੀ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਅਤੇ ਨਵੇਂ ਵਿਦਿਅਕ ਸ਼ਾਸਨ ਦੀ ਸ਼ੁਰੂਆਤ ਸੰਬੰਧੀ ਜਾਰੀ 605 ਦੂਰਕਰਦੇ ਹੋਇਆ ਸਿੱਖਿਆ ਵਿਭਾਗ ਦੇ ਵੱਲੋਂ ਸਰਕਾਰੀ ਸਕੂਲਾਂ ਦਾ ਨਵਾਂ ਵਿਦਿਅਕ ਸ਼ਾਸਨ ਹਰ ਸਾਲ ਵਾਂਗ ਇਸ ਸਾਲ ਵੀ 1 ਅਪ੍ਰੈਲ ਤੋਂ ਹੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਿੱਖਿਆ ਅਧਿਕਾਰੀਆਂ, ਅਧਿਆਪਕਾਂ ਅਤੇ ਮਾਤਾ-ਪਿਤਾ ਆਦੀ ਮੰਗ ਅਤੇ ਸੁਝਾਵਾਂ ਦੇ ਮੁਤਾਬਕ ਲਈ ਫੈਸਲੇ ਅਨੁਸਾਰ ਨਾਨ ਬੋਰਡ ਕਲਾਸਾਂ ਦਾ ਸਾਲਾਨਾ ਨਤੀਜਾ ਤਿਆਰ ਕੀਤਾ ਜਾਵੇਗਾ ਸੂਬੇ ਦੇ ਸਮੂਹ ਸਰਕਾਰੀ ਸਕੂਲਾਂ ਦੇ ਵਿੱਚ ਨਵੇਂ ਸੈਸ਼ਨ ਦੀ ਪੜ੍ਹਾਈ 1 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ ਵਿਭਾਗ ਸੂਤਰਾਂ ਮੁਤਾਬਕ ਸਰਕਾਰੀ ਸਕੂਲਾਂ ਦੀਆਂ ਨਾਨ ਬ੍ਰੋਡ ਕਲਾਸਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਪੂਰੀ ਕਰਾਉਣ ਦੇ ਲਈ ਕੋਰੋਨਾ ਪਾਬੰਦੀਆਂ ਦੇ ਖਤਮ ਹੋਣ ਤੱਕ ਦੀ ਉਡੀਕ ਕਰਨ ਦੀ ਬਜਾਏ ਹੋ ਚੁੱਕੀਆਂ ਸਾਲਾਨਾ ਪ੍ਰੀਖਿਆਵਾਂ ਸਾਲਾਨਾ ਪ੍ਰੀਖਿਆਵਾਂ ਨਾ ਹੋਣ ਵਾਲੇ ਵਿਸ਼ਿਆਂ ਲਈ ਪ੍ਰੀ ਬੋਰਡ ਪ੍ਰੀਖਿਆਵਾਂ ਤੇ ਪੰਜਾਬ ਅਚੀਵਮੈਂਟ ਸਰਵੇ ਦੀਆਂ ਪ੍ਰੀਖਿਆਵਾਂ ਨੂੰ ਆਧਾਰ ਮੰਨ ਕੇ ਵਿਦਿਆਰਥੀਆਂ ਦੇ ਸਾਲਾਨਾ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਵਿਭਾਗੀ ਦੇਸ਼ ਦੇ ਨਿਰਦੇਸ਼ਾਂ ਮੁਤਾਬਕ ਅਗਰ ਪ੍ਰੈਕਟੀਕਲ ਅਤੇ ਸੀਸੀਈ ਅੰਕ ਵੀ ਨਤੀਜੇ ਵਿੱਚ ਸ਼ਾਮਿਲ ਕੀਤੇ ਜਾਣਗੇ 1 اپریل ਤੋਂ 45 سال ਤੋਂ ਵੱਧ عمر والے سارے નાગરિક ਆਪਣਾ કોવિડ-19 ટીકાકરણ ਕਰਵਾ ਸਕਦੇ ਨੇ ਇਹ ਜਾਣਕਾਰੀ ਸੀਨੀਅર મેડિકલ ઓફિસર ڈاکٹر سی پی સિગ્ન리티એ ਪਹਿਲਾਂ 45 سال ਤੋਂ ਵੱਧ ઉંમર ਦੇ ਉਹਨਾਂ ਵਿਅਕਤੀਆਂ ਨੂੰ ਕੋਵਿਡ-19 ਵੈਕਸੀਨ ਦੇ ટીਕੇ ਲਗਾਏ ਜਾ ਰਹੇ ਸਨ ਜੋ ਕਿ ਹੋ ਬਿਮਾਰੀਆਂ ਦੇ ਨਾਲ ਪੀੜਤ ਸਨ ਪਰ ਹੁਣ ਕੋਵਿਡ ਦੇ ਮੁਕੰਮਲ ਖਾਤਮੇ ਦੇ ਲਈ ਸਰਕਾਰ ਹੋਰ ਬਿਮਾਰੀਆਂ ਵਾਲੇ ਸ਼ਰਤ ਖਤਮ ਕਰਕੇ 45 ਸਾਲ ਦੇ ਹਰੇਕ નાગરਿਕ ਨੂੰ ਇਹ ਸਹੂਲਤ ਮੁਫਤ ਮੁਹయ్యా ਕਰਵਾਏਗੀ ਉਹਨਾਂ ਕਿਹਾ ਕਿ ਜਲਦੀ ਇਸ ਦੀ ஆன்ਲਾਈਨ ਜਦ ਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ ਅਤੇ ਕੋਈ ਵੀ ਵਿਅਕਤੀ ਆਪਣੇ ਮੋਬਾਈਲ ਨੰਬਰ ਤੋਂ ਆਪਣੇ ਪਰਿਵਾਰ ਦੇ ਚਾਰ ਮੈਂਬਰਾਂ ਤੱਕ ਦੀ ਰਜਿਸਟ੍ਰੇਸ਼ਨ ਕਰਵਾ ਸਕੇਗਾ। ਉਨ੍ਹਾਂ ਕਿਹਾ ਕਿ ਕੋਵਿਡ ਵੈਕਸੀਨ ਦਾ ਦੂਸਰਾ ਟੀਕਾ ਵੀ ਉਸੇ ਵੈਕਸੀਨ ਦਾ ਲੱਗੇਗਾ ਜੋ ਵੈਕਸੀਨ ਵਿਅਕਤੀ ਨੂੰ ਪਹਿਲੇ ਟੀਕੇ ਕਾਰਨ ਦੌਰਾਨ ਲਗਾਈ ਗਈ ਹੋਵੇ। ਡਾਕਟਰ ਸੀ ਪੀ ਸਿੰਘ ਨੇ ਅਪੀਲ ਕੀਤੀ ਹੈ ਕਿ ਕੋਵਿਡ-19 ਦੇ ਖਾਤਮੇ ਦੇ ਲਈ ਯੋਗ ਵਿਅਕਤੀ ਜ਼ਰੂਰ ਆਪਣਾ ਟੀਕਾਕਰਨ ਕਰਾਉਣ ਤਾਂ ਜੋ ਕੋਵਿਡ-19 ਬਿਮਾਰੀ ਨੂੰ ਜਲਦੀ ਖਤਮ ਕੀਤਾ ਜਾ ਸਕੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਜੋ ਡਿਊਟੀ ਦੌਰਾਨ ਜਾਨਲੇਵਾ ਬਿਮਾਰੀ ਕਰੋਨਾ ਮਹਾਮਾਰੀ ਨਾਲ ਸਵਰਗਵਾਸ ਹੋ ਗਏ ਨੇ ਉਨ੍ਹਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਐਕਸ ਗ੍ਰੇਸੀਆ ਗ੍ਰਾਂਟ ਦੇਣ ਦੀ ਮਿਆਦ 31 ਮਾਰਚ ਤੱਕ ਬਣਾ ਦਿੱਤੀ ਗਈ ਹੈ ਪਹਿਲਾਂ ਇਹ ਮਿਆਦ 31 ਦਸੰਬਰ 2020 ਤੱਕ ਦਾ ਸਮਾਂ ਨਿਸ਼ਿਤ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਸੁਪਰੀਟੈਂਟ ਹਰਮਿੰਦਰ ਕੌਰ ਦੇ ਵੱਲੋਂ ਇਸ ਸਬੰਧੀ ਸਰਕਾਰ ਦੇ ਮੁਖ ਸਕੱਤਰ ਵਿੱਤੀ ਕਮਿਸ਼ਨਰ ਪ੍ਰਮੁਖ ਸਕੱਤਰ ਅਤੇ ਪ੍ਰਬੰਧਕੀ ਸਕੱਤਰ ਰਾਜ ਦੇ ਸੂਬਾ ਵਿਭਾਗਾਂ ਦੇ ਮੁਖੀ ਅਤੇ ਸੂਬਾ ਡਿਪਟੀ ਕਮਿਸ਼ਨਰਸ ਆਦਨੋਂ ਪੱਤਰ ਜਾਰੀ ਕਰ ਦਿੱਤਾ ਗਿਆ ਸ਼੍ਰੀ ਕਾਲ ਤਖਤ ਸਾਹਿਬ ਦੇ ਸਕਤ੍ਰੇਥ ਵਿਖੇ ਅੱਜ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਹੋ ਰਹੀ ਹੈ ਬੈਠਕ ਸ਼ੁਰੂ ਹੋ ਤੋ ਪਹਿਲਾ ਅਰਦਾਸ ਕੀਤੀ ਗਈ ਇਸ ਬੈਠਕ ਦੇ ਜਥੇਦਾਰ ਹਰਪ੍ਰੀਤ ਸਿੰਘ ਜੀ ਤੋਂ ਇਲਾਵਾ ਜਥੇਦਾਰ ਅਗਵੀਰ ਸਿੰਘ ਜੀ ਜਥੇਦਾਰ ਰਣਜੀਤ ਸਿੰਘ ਗੋਰੀ ਮਸਕੀਨ ਜੀ ਜਥੇਦਾਰ ਜਗਤਾਰ ਸਿੰਘ ਅਤੇ ਪੰਜ ਪਿਆਰੇ ਮੰਗਲ ਸਿੰਘ ਦਿਲਬਖ ਸਿੰਘ ਮੌਜੂਦ ਸਨ ਇਸ ਨਾਲ ਹੀ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਚੱਲ ਰਹੀ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਵਿੱਚ ਚੀਫ ਖਾਸਾ ਦੀਵਾਨ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਪੇਸ਼ ਹੋਏ ਇਸ ਬੈਠਕ ਵਿੱਚ ਪ੍ਰਧਾਨ ਨਿਰਮਲ ਸਿੰਘ ਤੋਂ ਇਲਾਵਾ ਪਾਕ ਸਿੰਘ ਅਣਕੀ ਇੰਦਰबीर ਸਿੰਘ ਨੇਜਰ ਸਵਿੰਦਰ ਸਿੰਘ ਕੱਥੂ ਨੰਗਲ ਹਰਮਿੰਦਰ ਸਿੰਘ ਫ੍ਰੀडम ਅਜੀਤ ਸਿੰਘ ਬਸਰਾ ਪੇਸ਼ ਹੋਏ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ ਤੇ ਹੋਈ ਹਿੰਸਾ ਦੇ ਵਿੱਚ ਮੁੱਖ ਮਲਜ਼ਮ ਵਜੋਂ ਗ੍ਰਫਤਾਰ ਦੀਪ ਸਿੱਧੂ ਨੇ ਦਿੱਲੀ ਦੀ ਅਦਾਲਤ ਤੇ ਜਮਾਨਤ ਅਰਜ਼ੀ ਦਾਖਲ ਕੀਤੀ ਹੈ ਇਸ ਮਾਮਲੇ ਵਿੱਚ ਅੱਜ ਸੁਣਵਾਈ ਹੋਣ ਜਾ ਰਹੀ ਹੈ ਪੰਜਾਬੀ ਐਕਟਰ ਦੀਪ ਸਿੱਧੂ ਤੇ ਦਿੱਲੀ ਹਿੰਸਾ ਦੇ ਲਈ ਪ੍ਰਦਰਸ਼ਨ ਕਾਰਜਾਂ ਪਰਕਾਉਣ ਦੇ ਇਲਜ਼ਾਮ ਨੇ ਦੱਸਿਆ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਦੀਪ ਸਿੱਧੂ ਨੂੰ 8 ਫਰਵਰੀ ਨੂੰ ਹਰਿਆਣਾ ਦੇ ਕਰਨਾਲ ਬਾਈਪਾਸੋਂ ਗ੍ਰਫਤਾਰ ਕੀਤਾ ਸੀ ਜਿਸ ਮਗਰੋਂ ਉਸ ਨੂੰ 7 ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਸੀ ਸ਼੍ਰੀ ਮੁਖਸ ਸਹਾਇ ਵਿਕੇ ਫੈਡਰੇਸ਼ਨ ਆਫ ਆਰਤੀ ਐਸੋਸੀਏਸ਼ਨਸ ਪੰਜਾਬ ਦੇ ਪ੍ਰਧਾਨ ਵਿਜ ਕਲੜਾ ਦੀ ਅਗਵਾਈ ਵਿੱਚ ਵਕ-ਵਕ ਜੀਲਿਆਂ ਦੇ ਆਰਤੀ ਐਸੋਸੀਏਸ਼ਨਸ ਦੇ ਉਦਵਾਰਾਂ ਦੀ ਮੀਟਿੰਗ ਹੋਈ ਹੈ ਇਸ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਵਿਜ ਕਲੜਾ ਨੇ ਕਿਹਾ ਕਿ ਸਾਡੀਆਂ ਮੁੱਖ ਚਾਰ ਮੰਗਾਂ ਨੇ ਜਿਨ੍ਹਾਂ ਵਿੱਚ ਆਰਤੀਆਂ ਦੇ ਖਾਤੇ ਵਿੱਚ ਪੈਸੇ ਪਾਉਣ ਪੰਜਾਬ ਸਰਕਾਰ ਵੱਲ ਬਕਾਇਆ ਰਾਸ਼ੀ ਦੇਣ ਐਫਸੀਆਈ ਵੱਲੋਂ ਬਕਾਇਆ ਰਾਸ਼ੀ ਦੇਣ ਅਤੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਦੀ ਮੰਗ ਰਾਤਕਰਨ ਸੰਬੰਧੀ ਨੇ ਇਸ ਸੰਬੰਧੀ ਪੰਜਾਬ ਸਰਕਾਰ ਨਾਲ ਮੀਟਿੰਗ ਵੀ ਹੋਈ ਪਰ ਮਸਲੇ ਦਾ ਹੱਲ ਇਹ ਹੋ ਸਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਮੰਗਾਂ ਦਾ ਜ਼ਿਕਰ ਹੱਲ ਨਾ ਹੋਇਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਪੰਜ ਆਪਰਾਣੂ ਬਾਗਾ ਪੁਰਾਣਾ ਵਿਖੇ ਮਾਪਨ ਪੰਚਾਇਤ ਕੀਤੀ ਜਾਵੇਗੀ ਜਿਸ ਵਿੱਚ ਆੜਤੀਆਂ ਕਿਸਾਨ ਮਜ਼ਦੂਰ ਪਹੁੰਚਣਗੇ ਸਿੱਟ ਕਿਸਾਨ ਮੌਸ਼ਦੇ ਆਗਵਾਨ ਨੂੰ ਵੀ ਸੱਦਾ ਦਿੱਤਾ ਜਾਵੇਗਾ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਅਣਮਿੱਥੇ ਸਮੇਂ ਲਈ ਮੰਡੀਆਂ ਬੰਦ ਰੱਖਣ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ ਕਾਲੇ ਖੇਤੀ ਕਾਨੂੰਨਾ ਖਿਲਾਫ ਰੇਲਵੇ ਸਟੇਸ਼ਨ ਸੰਗਰੂਰ ਦੇ ਬਾਹਰ ਇੱਕ 30 ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਏ ਗਏ ਰੋਸ ਧਰਨੇ ਦੇ ਵਿੱਚ ਇੱਕ ਕਿਸਾਨ ਨੇ ਚੜ੍ਹਦੀਕਲਾ ਟਾਈਮ ਟੀਵੀ ਚੈਨਲ ਉਤੇ ਰੋਜ਼ਾਨਾ ਦਿਖਾਇਆ ਜਾਣ ਵਾਲੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਡਾਕਟਰ ਹਰਜਿੰਦਰ ਸਿੰਘ ਵਾਲੀਆ ਵੱਲੋਂ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਕਿਸਾਨ ਆਗੂਆਂ ਨੂੰ ਚੜ੍ਹਦੀਕਲਾ ਦੇ ਮੰਚ ਤੇ ਆ ਕੇ ਪਾਸ ਕੀਤੇ ਗਏ ਖੇਤੀ ਕਾਨੂੰਨਾ ਬਾਰੇ ਮੋੜ ਵਿਚਾਰ ਕਰਨ ਤੇ ਦਿੱਤੇ ਗਏ ਸੱਦੇ ਦੀ ਕੁਛ ਲਾਗਾ ਕੀਤੀ ਹੈ ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਕੁਝ ਗੁੰਡਾ ਅੰਸਰਾਂ ਨੂੰ ਕਿਸਾਨੀ ਝੁੰਡੇ ਫੜਾ ਕੇ ਸੰਗਰੂਰ ਦੇਸ਼ ਦੇ ਵਿੱਚ ਭੇਜ ਕੇ ਇਸ ਆंदोलਨ ਨੂੰ ਖਰਾਬ ਕਰਨ ਦੀ ਕੋਜੀ ਚਾਲ ਚੱਲ ਰਹੀ ਹੈ ਜਿਸ ਨਾਲ ਦੇਸ਼ ਦਾ ਮਾਹੌਲ ਖਰਾਬ ਕੀਤਾ ਜਾ ਸਕੇ ਪਰ ਸਾਂਝਾ ਕਿਸਾਨ ਮੋਰਚੇ ਦੇ ਵੱਲੋਂ ਸਰਕਾਰ ਦੀਆਂ ਇਹਨਾਂ ਕੋਜੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੁੰਦੇ ਤੇ ਜਾਵੇਗਾ కాంగ్రెస్ ਦੇ ਸਾਅ ਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨਾਗਰਿਕਤਾ ਸੂਤ ਕਾਨੂੰਨ ਦੇਸ਼ ਵਾਸੀਆਂ ਤੇ ਕਾ ਤੱਕ ਹਮਲਾ ਹੈ ਅਤੇ ਉਹਨਾਂ ਦੀ ਪਾਰਟੀ ਅਸਾਂ ਵਿਧਾਨ ਸਭਾ ਚੋਣਾਂ ਤੋਂ ਬਾਅਦ 27 ਆਉਂਤੇ ਇਸ ਕਾਨੂੰਨ ਨੂੰ ਲਾਗੂ ਨਹੀਂ ਹੋਣ ਦੇਵੇਗੀ ਪਾਰਟੀ ਰਾਹੁਲ ਗਾਂਧੀ ਨੇ ਟਵੀਟ ਕਰ ਇਹ ਬਿਆਨ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਵਿੱਚ ਜਦੋਂ ਤੋਂ ਮੋਦੀ ਸਰਕਾਰ 27 ਆਈ ਹੈ આજ ਤੱਕ ਚਾਹ ਦੇ ਬਾਗਾਂ ਦੇ ਮਜ਼ਦੂਰਾਂ ਸਮੇਤ ਕਰੋੜਾਂ ਦਿਹਾੜੀਦਾਰ ਮਜ਼ਦੂਰਾਂ ਲਈ ਕੁਝ ਨਹੀਂ ਕੀਤਾ ਗਿਆ ਹੈ ਅੱਜ ਜਦੋਂ ਅਸਾਂ ਵਿਧਾਨ ਸਭਾ ਚੋਣਾਂ ਨੇੜੇ ਨੇ ਤਾਂ ਮੋਦੀ ਸਰਕਾਰ ਚਾਉਂਦੀ ਹੈ ਕਿ ਲੋਕ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਨ ਉਹਨੇ ਕਿ ਆਈ ਕਿ ਜੁਮਲੇ ਅਤੇ ਤਰੱਕੀ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਇਹ ਗੱਲ ਜਨਤਾ ਸਮਝ ਚੁੱਕੀ ਹੈ ਅਸੀਂ ਛੱਤੀਸਗੜ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਸਪਸ਼ਟ ਕੀਤਾ ਸੀ ਅਸੀਂ ਜੋ ਵਾਅਦੇ ਕਰਾਂਗੇ ਉਹਨਾਂ ਨੂੰ ਪੂਰਾ ਕਰਕੇ ਵਿਖਾਵਾਂਗੇ ਇਹ ਵਾਅਦੇ ਖੋਖਲੇ ਨਹੀਂ ਹੋਣਗੇ छत्तीसगढ़ ਵਿੱਚ ਅਸੀਂ ਕਰਜ਼ਾ ਮਾਫ਼ੀ ਕਰਕੇ ਵਿਖਾਈ ਉਹਨਾਂ ਨੋਟਬੰਦੀ ਦੇ ਮਾਮਲੇ ਵਿੱਚ ਸਰਕਾਰ ਤੇ ਹਮਲਾ ਕੀਤਾ ਅਤੇ ਕਿਹਾ ਹੈ ਕਿ ਪਾਸ਼ਪਾ ਨੇ ਨੋਟਬੰਦੀ ਤੇ ਜੀਐਸਟੀ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਬਰਬਾਦ ਕਰ ਦਿੱਤਾ ਹੈ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਰਿਆਂ ਦੀ ਜੇਬ ਵਿੱਚੋਂ ਪੈਸਾ ਕਟਵਾ ਕੇ ਅਰਥਵਿਵਸਥਾ ਨਹੀਂ ਚੱਲ ਸਕਦੀ ਅਸਵੇਰੇ ਰਾਜਾ ਨੇ ਦਿੱਲੀ ਦੇ ਸਫਦਰ ਯੰਗ ਹਸਪਤਾਲ ਦੇ ਵਿੱਚ ਅੱਗ ਲੱਗ ਗਈ ਹੈ ਅਗਰ ਹਸਪਤਾਲ ਦੇ ਆਈ ਸੀ ਯੂ ਵਾਰਡ ਵਿੱਚ ਲੱਗੀ ਅੱਗ ਲੱਗਣ ਦੇ ਤੁਰੰਤ ਬਾਅਦ ਪੰਜਾਬ ਮਰੀਜ਼ਾਂ ਨੂੰ ਦੂਸਰੇ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਅੱਗ ਤੇ ਕਾਬੂ ਪਾਲੀ ਤਾ ਗਿਆ ਅਤੇ ਸਾਰੇ ਮਰੀਜ਼ਾਂ ਨੂੰ ਠੀਕ ਨੇ ਹਸਪਤਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅੱਗ ਪਹਿਲੀ ਮੰਜ਼ਲ ਤੇ ਸਥਿਤ ਆਈ ਸੀ ਯੂ ਵਾਰਡ ਵਿੱਚ ਲੱਗ ਗਈ ਜਿਸ ਦੀ ਸੂchnਾ ਅੱਗ ਬੁਝਾਓ ਦਸਤੰਤ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਪਹੁੰਚੀਆਂ ਕੰਡਿਆਂ ਦੀ ਮਸ਼ੱਕਤ ਮਗਰੋਂ ਅੱਗ ਤੇ ਕਾਬੂ ਪਾਲੀ ਤਾ ਗਿਆ

ਉੜਦੀ ਪੰਚਾਇਤ ਵੱਲੋਂ ਪਿੰਡ ਵਿੱਚ ਹੋਏ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕਥਿਤ ਤੌਰ ਤੇ ਝੂਠਾ ਕੇ ਦਰਜ ਕਰਨ ਦੇ ਵਿਰੋਧ ਵਿੱਚ ਅੱਜ ਥਾਣਾ ਸਿਟੀ ਤੰਤਰਾਂ ਦੇ ਬਾਹਰ ਨਾ ਲਗਾ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪਿੰਡ ਨਿਵਾਸੀਆਂ ਨੇ ਦੋਸ਼ ਲਗਾਏ ਕਿ ਪੁਲਿਸ ਨੇ ਬਲਾਤਕਾਰ ਦੇ ਮਾਮਲੇ ਵਿੱਚ ਕੁਝ ਪਿੰਡ ਵਾਸੀ ਦੇ ਝੂਠਾ ਪਰਚਾ ਦਰਜ ਕੀਤਾ ਅਤੇ ਪੁਲਿਸ ਯਾਸੀ ਦਬਾਹੇਟ ਕਾਮਕਾਰੀ ਹੈ ਜਿਸ ਦਾ ਵਿਰੋਧ ਕਰਦੀ ਹੋਏ ਅੱਜ ਉਨਾਵਲੋ ਥਾਣਾ ਸਿਟੀ ਦੇ ਬਾਹਰ ਨਾ ਲਗਾ ਕੇ ਝੂਠਾ ਕੇਸ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਸ ਸੰਬੰਧ ਵਿੱਚ ਡੀਐਸਪੀ ਸਿਟੀ ਜੋ ਸਿਗਨਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸ਼ਿਕਾਇਤ ਮਿਲਨ ਤੇ ਕੇਸ ਦਰਜ ਕਰਨਾ ਪੁਲਿਸ ਦਾ ਫਰਜ਼ ਹੈ ਅਤੇ ਉਹਨਾਂ ਨੇ ਸ਼ਿਕਾਇਤ ਮਿਲਨ ਤੇ ਪਿੰਡ ਤੂੜ ਦੇ ਕੁਝ ਲੋਕਾਂ ਤੇ ਕੇ ਦਰਜ ਕੀਤਾ ਹੈ ਇਸ ਕੇਸ ਸੰਬੰਧੀ ਤਫਤੀਸ਼ ਜਾਰੀ ਹੈ ਗੁਰਦਾਸਪੁਰ ਦੇ ਮੋਹੱਲਾ ਪ੍ਰੇਮ ਨਗਰ ਵਿੱਚ ਪਤਨੀ ਤੋਂ ਤੰਗ ਪ੍ਰੇਸ਼ਾਨ ਹੋ ਕੇ 32 ਸਾਲ ਦੇ ਨੌਜਵਾਨ ਬਲਜਿੰਦਰ ਸਿੰਘ ਨੇ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਪਰਿਵਾਰ ਨੇ ਗੁਰਦਾਸਪੁਰ ਦੇ ਇੱਕ ਨਿੱਜ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਗੋਮਤੀ ਜੋ ਕਿ ਇੱਕ ਸਰਕਾਰੀ ਅਧਿਆਪਕ ਹੈ ਉਸ ਨੇ ਬਹੁਤ ਤੰਗ ਪ੍ਰੇਸ਼ਾਨ ਕਰਦੀ ਸੀ ਅਤੇ ਆਪਣੇ ਤਵਾਲ ਦੇ ਨੂੰ ਲੈ ਕੇ ਵੀ ਆਪਣੇ ਪਤੀ ਨਾਲ ਰੋਜ਼ ਲੜਦੀ ਸੀ ਜਿਸ ਕਾਰਨ ਪ੍ਰੇਸ਼ਾਨ ਹੋ ਕੇ ਉਸ ਨੇ ਆਤਮ ਹੱਤਿਆ ਕਰ ਲਈ। ਵਾਰ ਨੂੰ ਇੱਕ ਸੋਸਾਇਟੀ ਨੋਟ ਵੀ ਮਿਲਿਆ ਜਿਸ ਵਿੱਚ ਮ੍ਰਿਤਕ ਨੌਜਵਾਨ ਨੇ ਆਪਣੀ ਪਤਨੀ ਨੂੰ ਮੌਤ ਦਾ ਜ਼ਿੰਮੇਵਾਰ ਦੱਸਿਆ ਫਿਲਹਾਲ ਪੁਲਿਸ ਨੇ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਸਮੇਤ 3 ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਦੋਸ਼ੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਸਵੇਰ ਪਰਦੇਵੇਸ਼ੀ ਲੁੱਟਖੋ ਦੀਆਂ ਵਾਅਦਾਤਾਂ ਦੇ ਗ੍ਰਾਫ ਵੇਸ਼ ਲਗਾਤਾਰ ਵਾਅਦਾ ਹੋ ਰਿਹਾ ਹੈ ਜੋ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਗੜਸ਼ੰਕਰ ਦਾ ਜਿੱਥੇ 70000 ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਗੜਸ਼ੰਕਰ ਸ਼ਹਿਰ ਦੇ ਨੰਗਲ ਰੋਡ ਤੇ ਦੁਪਹਿਰ ਬਾਅਦ ਪੈਦਲ ਜਾ ਰਹੀਆਂ ਦੋ ਭੈਣਾਂ ਤੋਂ 70000 ਰੁਪਏ ਲੁੱਟੇ ਜਾਣ ਦਾ ਸਮਾਚਾਰ ਹੈ પ્રાપ્ત ਜਾਣਕਾਰੀ ਅਨੁਸਾਰ ਗੜਸ਼ੰਕਰ ਦੇ ਪਿੰਡ ਬੀਰਮਪੁਰ ਦੀ ਦੋ ਭੈਣਾਂ ਜੋਤੀ ਅਤੇ ਮੇਗਨਾ ਜਦੋਂ ਦੁਪਹਿਰ ਸਮੇਂ ਬੈਂਕ ਤੋਂ ਹਜ਼ਾਰ ਰੁਪਏ ਕਟਵਾ ਕੇ ਨੰਗਲ ਰੋਡ ਤੇ ਵਾਪਸ ਆਪਣੇ ਪਿੰਡ ਨੂੰ ਜਾ ਰਹੀ ਹੈ ਸੰਤ ਰਸਤੇ ਦੇ ਵਿੱਚ ਇੱਕ ਐਕਟਿਵਾ ਸਵਾਰ ਅਣਪਛਾਤਾ ਨੌਜਵਾਨ ਉਹਨਾਂ ਦਾ ਪੈਸਿਆਂ ਵਾਲਾ ਪਰਸ ਖੋ ਕੇ ਫਰਾਰ ਹੋ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਐਸਐਚਓ ਇਕਬਾਲ ਸਿੰਘ ਨੇ ਪੁਲਿਸ ਪਾਰਟੀ ਨਾਲ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਇਲਾਕੇ ਵਿੱਚ ਵਾਦਰੀਆਂ ਲੁੱਟ ਖੋਦੀਆਂ ਵਾਰਦਾਤਾਂ ਦੇ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਥੇ ਅੰਮ੍ਰਿਤਸਰ ਦੇ ਛੇਰਟਾ ਦੇ ਸੁਭਾਸ਼ ਰੋਡ ਤੇ ਅੱਜ ਅਣਪਛਾਤੇ ਲੁਟੇਰੇ ਨੇ ਪਿਸਤੌਲ ਦੀ ਨੋਕ ਤੇ ਹਰੀ ਨਾ ਦੇ ਇੱਕ ਦੁਕਾਨਦਾਰ ਤੇ ਮੋਬਾਈਲ ਤੋਂ ਪਰਿਆ ਬੈਕ ਹੋ ਕੇ ਫਰਾਰ ਹੋ ਗਏ ਮੋਬਾਈਲ ਫੋਨਾਂ ਦੀ ਕੀਮਤ 4 ਲੱਖ ਦੱਸੀ ਜਾ ਰਹੀ ਹੈ ਦੂਸਰੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐਸਆਈ ਮਨਜੀਤ ਸਿੰਘ ਮੁਤਾਬਕ ਨੇੜੇ ਤੇੜੇ ਦੇ ਸੀਸੀਟੀਵੀ ਫੁਟੇਜ ਖੰਗਾਲਿਆ ਜਾ ਰਿਹਾ ਹੈ ਜਲਦੀ ਦੋਸ਼ੀ ਕਾਬੂ ਹਟੋਣਗੇ ਹੁਣ ਵਾਧੇ ਮੌਸਮ ਦੇ ਹਾਲ ਤੇ ਪੰਜਾਬ ਦੇ ਨਾਲ ਨਾਲ ਦਿੱਲੀ ਐਨਸੀਆਰ ਦੇ ਵਿੱਚ ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਲੈ ਲਈ ਹੈ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਤਿੱਖੀ ਧੁੱਪ ਦੇ ਨਾਲ ਤਾਪਮਾਨ ਵੱਧਦਾ ਜਾ ਰਿਹਾ ਹੈ ਪਰ ਅੱਜ ਸਵੇਰੇ ਤੋਂ ਤੇਜ਼ ਹਵਾ ਚੱਲ ਰਹੀ ਹੈ ਜਿਸ ਨਾਲ ਕੁਝ ਰਾਤ ਲਈਏ ਦਿੱਲੀ ਵਿੱਚ ਅੱਜ ਦਾ ਤਾਪਮਾਨ ਵਕਤ ਤੋਂ ਬਾਅਦ ਦਰਜ ਕੀਤਾ ਗਿਆ 37.8 ਜਦੋਂ ਕਿ ਘਟੋੜ ਤਾਪਮਾਨ 18 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਖਸ਼ਰਾ ਜਤਾਇਆ ਹੈ ਕਿ ਕੱਲ ਦੀ ਤਰ੍ਹਾਂ ਅੱਜ ਵੀ ਦਿੱਲੀ ਦੇ ਵਿੱਚ ਤੇਜ਼ ਹਵਾਵਾਂ ਅਤੇ ਧੂੜ ਪਨੇਹ ਨੇਰੀ ਚੱਲ ਸਕਦੀ ਹੈ ਦਿੱਲੀ ਐਨਸੀਆਰ ਵਿੱਚ ਪ੍ਰਦੂਸ਼ਣ ਦਾ ਪੱਧਰ ਵੀ ਵਧਿਆ ਹੋਇਆ ਹੈ हवा की गुणवत्ता फोर कैटेगरी है तो आ गया धन्यवाद